ਸਤਿ ਸ਼੍ਰੀ ਅਕਾਲ ਦੋਸਤੋ, ਡੈਸਟੀਨੀ ਪਲੈਨਰ ਦੇ ਇਸ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਈ ਹੋਪ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਵੀਡੀਓ ਇੱਕ ਬਹੁਤ ਵਧੀਆ ਖੁਸ਼ਖਬਰੀ ਤੁਹਾਡੇ ਵਾਸਤੇ ਲੈ ਕੇ ਆਏ ਆਪਾਂ। ਖੁਸ਼ਖਬਰੀ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਰਿਕੁਐਸਟ ਹੈ ਕਿ ਜਿਹੜਾ ਆਪਣਾ ਡੈਸਟੀਨੀ ਪਲੈਨਰ YouTube ਚੈਨਲ ਹੈ, ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿੰਨੀਆਂ ਵੀ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਪਲੀਜ਼ ਵੀਡੀਓ ਪੂਰੀ ਵੇਖਿਓ। ਖੁਸ਼ਖਬਰੀ ਇਹ ਹੈ ਕਿ VFS ਨੇ ਕੰਮ ਕਰਨਾ ਇੰਡੀਆ ਦੇ ਵਿੱਚ ਸ਼ੁਰੂ ਕਰਤਾ ਹੈ। ਕੁਛ VFS ਸੈਂਟਰ ਨੇ ਰੀਓਪਨ ਕਰਤਾ ਇੰਡੀਆ ਦੇ ਵਿੱਚ। ਦਿੱਲੀ ਦੇ ਵਿੱਚ ਐਪਲੀਕੇਸ਼ਨਸ ਲੈਣੀਆਂ, ਜਿਨ੍ਹਾਂ ਵਿੱਚੋਂ ਗੱਲ ਕਰਦੇ ਆ ਡੈਨਮਾਰਕ, ਨੋਰਵੇ ਔਰ ਪੁਰਤਗਾਲ। ਇਹਨਾਂ VFS ਸੈਂਟਰਸ ਨੇ ਕੰਮ ਕਰਨਾ ਸ਼ੁਰੂ ਕਰਤਾ। ਤੁਸੀਂ ਆਪਣੀਆਂ ਲੌਂਗ ਸਟੇ ਐਪਲੀਕੇਸ਼ਨਸ ਤੁਸੀਂ ਇੱਥੇ ਜਮ੍ਹਾਂ ਕਰਾ ਸਕਦੇ ਹੋ। ਜਿਹੜਾ ਇਹਨਾਂ ਦਾ ਟਾਈਮ ਹੋਏਗਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਸਬਮਿਸ਼ਨ ਦਾ ਟਾਈਮ। ਧਿਆਨ ਰੱਖਿਓ ਲੌਂਗ ਸਟੇ ਐਪਲੀਕੇਸ਼ਨ ਲਾਈਕ ਸਟੂਡੈਂਟ ਵੀਜ਼ਾ, ਵਰਕ ਪਰਮਿਟ ਔਰ ਰੈਜੀਡੈਂਸੀ ਵੀਜ਼ਾ। ਇਹਨਾਂ ਕੰਟਰੀਜ਼ ਨੇ ਵੀਜ਼ਾ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਾਊਥ ਕੋਰੀਆ ਨੇ ਵੀ ਲੌਂਗ ਸਟੇ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ ਨੇ। ਉਹਨਾਂ ਦਾ ਜਿਹੜਾ ਟਾਈਮ ਹੋਏਗਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਹੋਏਗਾ। ਉਸ ਤੋਂ ਬਾਅਦ ਆਪਣੇ ਕੋਲ ਨਿਊਜ਼ ਆਈ ਸੀ ਬੈਲਾਰੂਸ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਦਿੱਲੀ ਨੇ ਵੀ ਓਪਨ ਕਰਤਾ। ਉਹਦੀ ਵੀ ਫਿਲਹਾਲ ਤੁਸੀਂ 1 ਜੁਲਾਈ ਤੋਂ 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਆਪਣੀ ਐਪਲੀਕੇਸ਼ਨਸ ਜਮ੍ਹਾਂ ਕਰਾ ਸਕਦੇ ਹੋ। ਤੁਰਕੀ ਨੇ ਤਾਂ 3-4 ਦਿਨ ਹੋ ਗਿਆ ਆਪਣੀ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ ਸੀਗੀਆਂ। ਕੈਨੇਡਾ ਵੱਲੋਂ ਹਾਲੇ ਕੋਈ ਰਿਸਪੋਂਸ ਨਹੀਂ ਆਇਆ, ਬਾਕੀ ਕੰਟਰੀਆਂ ਵੱਲੋਂ ਹਾਲੇ ਕੋਈ ਰਿਸਪੋਂਸ ਨਹੀਂ ਆਇਆ। ਜਿੱਦਾਂ ਇਹਨਾਂ ਨੇ ਸਿਚੁਏਸ਼ਨ ਸਮਝ ਕੇ ਹੌਲੀ ਹੌਲੀ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਬਾਕੀ VFS ਸੈਂਟਰ ਨੇ ਵੀ ਆਪਣੀ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ ਨੇ, ਕਰ ਦੇਣਗੇ। ਪਲੀਜ਼ ਤੁਸੀਂ ਆਪਣਾ ਜਿਹੜੇ ਪ੍ਰੀਕੋਸ਼ਨਸ ਹੈਗੇ ਆ ਪਲੀਜ਼ ਆਪਣੇ ਨਾਲ ਲੈ ਕੇ ਜਾਇਓ। ਉਹਦੇ ਤੋਂ ਬਿਨਾਂ ਐਂਟਰੀ ਨਹੀਂ ਹੋਏਗੀ। ਮਾਸਕ, ਸੈਨੇਟਾਈਜ਼ਰ ਤੁਹਾਡੇ ਕੋਲ ਹੋਣਾ ਚਾਹੀਦਾ, ਡਿਸਟੈਂਸ ਮੇਨਟੇਨ ਕਰਕੇ ਰੱਖਿਓ। ਔਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਇੰਟਰਨੈਸ਼ਨਲ ਫਲਾਈਟਸ ਬਾਰੇ, ਸਾਨੂੰ ਕੱਲ੍ਹ ਵੀ ਕਾਫੀ ਫੋਨ ਆਏ ਸੀ, ਕਾਫੀ ਮੈਸੇਜ ਆਏ ਸੀਗੇ। ਦੇਖੋ ਇੰਟਰਨੈਸ਼ਨਲ ਫਲਾਈਟਸ ਦੇ ਬਾਰੇ ਹਾਲੇ ਕੁਛ ਵੀ ਨਹੀਂ ਕਹਿ ਸਕਦਾ। ਇਹ ਨੀਅਰ ਅਬਾਊਟ ਮਿਡਲ ਆਫ ਦਾ ਜੁਲਾਈ ਜਾਂ ਐਂਡ ਆਫ ਦਾ ਜੁਲਾਈ ਤੱਕ ਸ਼ੁਰੂ ਹੋਣਗੀਆਂ। ਜਿੱਦਾਂ ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਡੋਮੈਸਟਿਕ ਜਿਹੜਾ ਸਾਡਾ ਕਰਾਊਡ ਆ, ਅਗਰ ਉਹ 50-60 ਜਾਂ 70% ਹੁੰਦਾ, ਉਸ ਤੋਂ ਬਾਅਦ ਅਸੀਂ ਕੁਛ ਇੰਟਰਨੈਸ਼ਨਲ ਫਲਾਈਟਸ ਦਾ ਸੋਚਾਂਗੇ। ਫਿਲਹਾਲ ਉਹ ਕੁਛ ਨਹੀਂ ਸੋਚ ਰਹੇ ਇਸ ਚੀਜ਼ ਬਾਰੇ। ਤੁਸੀਂ ਐਪਲੀਕੇਸ਼ਨਸ ਜ਼ਰੂਰ ਆਪਣੀ, ਅਗਰ ਤੁਸੀਂ ਸਟੂਡੈਂਟ ਹੋ, ਅਗਰ ਤੁਸੀਂ ਪਰਮਾਨੈਂਟ ਰੈਜੀਡੈਂਸੀ ਲਈ ਤੁਸੀਂ ਐਪਲੀਕੇਸ਼ਨਸ ਲਾਉਣੀ ਹੈ, ਅਗਰ ਤੁਸੀਂ ਵਰਕ ਪਰਮਿਟ ਲਈ ਐਪਲੀਕੇਸ਼ਨਸ ਲਾਉਣੀ ਹੈ, ਤੁਸੀਂ ਡੈਨਮਾਰਕ, ਨੋਰਵੇ ਔਰ ਪੁਰਤਗਾਲ ਦੇ ਵਿੱਚ ਲਾ ਸਕਦੇ ਹੋ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਜ਼ਰੂਰ ਲੈ ਕੇ ਆਵਾਂਗੇ। ਇਹ ਸੀਗੀ ਅੱਜ ਦੀ ਵੀਡੀਓ ਜਿਹੜੀ ਅਪਡੇਟ ਲਈ ਤੁਹਾਨੂੰ ਅਸੀਂ ਕਰਨਾ ਚਾਹੁੰਦੇ ਸੀਗੇ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ, ਕੋਈ ਵੀ ਨਵੀਂ ਅਪਡੇਟ ਆਏਗੀ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਾਂਗੇ। ਧੰਨਵਾਦ।